ਨਾਉ ਜੀ ਹਨੀ ਕੱਪੜੇ ਵਾਲਾ ਜੀ। ਅੱਛਾ ਕੀ ਹੋਇਆ ਉਹ ਜਿਹੜਾ ਦਫ਼ਤਰ ਹੈ ਕਿਹਦਾ ਜਿਹਦੇ ਭਾਂ ਤੁਰ ਰਹੀ ਹੈ? ਇਹ ਵਿੱਕੀ ਮਹਿਤਾ ਜੀ ਦਾ ਦਫ਼ਤਰ ਹੈ ਜੀ। ਇਹਨਾਂ ਦੀ ਚਾਬੀ ਮੇਰੇ ਕੋਲ ਹੁੰਦੀ ਹੈ, ਮੈਂ ਦਫ਼ਤਰ 'ਚ ਬੈਠਦਾ ਅਤੇ ਜਿਹੜਾ ਵੀ ਕੋਈ ਕੰਮ ਕਰਨਾ ਹੋਵੇ ਮੈਨੂੰ ਆ ਕੇ ਲਿਖਾ ਜਾਂਦੇ, ਮੈਂ ਆਪਣਾ ਕੰਮ ਕਰਵਾ ਦਿੰਦਾ ਕਹਿ ਕੇ ਜੀ। ਇਹ ਵਾਰਡ ਨੰਬਰ 10 ਤੋਂ। ਕਿਹੜੀ ਪਾਰਟੀ ਤੋਂ ਨੇ ਵਿੱਕੀ ਮਹਿਤਾ? ਇਹ ਆਪਣਾ ਕਾਂਗਰਸ ਪਾਰਟੀ ਤੋਂ ਹੈ ਜੀ। ਕਿਹਨੇ ਹਮਲਾ ਕੀਤਾ ਤੁਹਾਡੇ 'ਤੇ ਜੀ? ਇਹ ਜੀ ਮੈਂ ਹਨੀ ਰੋਸ਼ੇ ਨੇ ਜੀ, ਮੈਨੂੰ ਪਿਸਟਲ ਕੱਢ ਕੇ ਕਹਿੰਦਾ ਮੈਂ ਤੈਨੂੰ ਗੇਮ ਤੇਰੀ ਮੈਂ ਖੂਣੇ ਵਜਾ ਦੇਣੀ ਹੈ। ਪਹਿਲੋਂ ਮੈਂ ਦਫ਼ਤਰ ਖੋਲ੍ਹ ਕੇ ਗਿਆ ਅਤੇ ਮੈਨੂੰ ਪਿੱਛੋਂ ਆਵਾਜ਼ ਮਾਰੀ ਹੈ, ਗਾਲ ਕੱਢ ਕੇ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ, ਮੈਂ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ। ਉਹਦੇ ਨਾਲ ਉਹਦੀ ਮਿਸਿਸ ਸੀਗੀ ਅਤੇ ਨਾਲ ਸੀ ਉਹਦੀ ਭਰਜਾਈ, ਅਤੇ ਕਹਿੰਦਾ ਪਹਿਲੋਂ ਕਹਿੰਦਾ ਵੀ ਮੈਂ 2 ਦਿਨ 'ਚ ਤੇਰੀ ਗੇਮ ਵਜਾ ਦੂੰ, ਅਤੇ ਉਹਦੀ ਭਰਜਾਈ ਕਹਿੰਦੀ ਲੈ ਮੈਂ ਕੱਢ ਕੇ ਦਿੰਦੀ ਹਾਂ। ਉਹਨੇ ਕੱਢ ਕੇ ਜਦੀ ਫੜਾਤੀ ਉਹਨੂੰ, ਕਹਿੰਦਾ ਲੈ ਹੁਣ ਤੈਨੂੰ, ਤੂੰ ਤਾਂ ਗਿਆ ਅੱਜ ਤੂੰ ਗਿਆ। ਮੈਂ ਜਦੀ ਮੈਂ ਕਿਹਾ ਮੈਂ ਭਰਾ ਮੈਂ ਤੇਰਾ ਕੀ ਵਿਗਾੜਿਆ, ਮੈਂ ਪੈਰੀ ਪੈ ਗਿਆ ਉਹਦਾ ਇੱਕ, ਮੈਂ ਬਸ ਮੈਥੋਂ ਖੜਿਆ ਨਹੀਂ ਗਿਆ ਜੀ, ਮੈਂ ਪੈਰਾਂ 'ਚੋਂ ਜਾਨ ਨਿਕਲ ਗਈ ਮੇਰੇ। ਵੀ ਮੈਨੂੰ ਜਦੋਂ ਉਹਨੇ ਕਹਿੰਦਾ ਤੂੰ ਗਿਆ ਜੀ ਪਿਸਟਲ ਕੱਢ ਕੇ, ਖੜ ਗਿਆ ਮੂਹਰੇ, ਇਹ ਤਾਂ ਗੁੰਡਾਗਰਦੀ ਹੈ ਜੀ ਦੱਸੋ। ਕੋਈ ਹੋਰ? ਹਾਂਜੀ, ਆਹ ਕੁਰਸੀਆਂ ਧੱਫੇ ਮਾਰੇ ਨੇ ਜੀ ਉਹਨੇ ਮੈਨੂੰ ਬਹੁਤ। ਆਹ ਹਨੀ ਰੋਸ਼ ਆਇਆ ਸੀ ਜੀ। ਉਹਦੇ ਨਾਲ ਕਿੰਨੇ ਕੁ ਬੰਦੇ ਸੀ ਹੋਰ? ਨਹੀਂ, ਉਹਦੀ ਮਿਸਿਸ ਸੀਗੀ ਅਤੇ ਨਾਲ ਉਹਦੀ ਭਜਾਈ ਸੀ, ਬੰਦਾ ਕੋਈ ਨਹੀਂ ਸੀ ਜੀ ਹੋਰ। ਅੱਛਾ। ਹਾਂਜੀ, ਉਹ ਇਕੱਲਾ ਹੀ, ਕਹਿੰਦਾ ਮੈਂ ਇਕੱਲਾ ਹੀ ਸ਼ੇਰ ਹੈ। ਕੀ ਮੰਗ? ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਹੋਣੀ ਚਾਹੀਦੀ ਹੈ ਜੀ, ਇਹ ਗੁੰਡਾਗਰਦੀ ਹੈ ਜੀ ਨਜਾਇਜ਼। ਉਹ ਕਿਹੜੀ ਪਾਰਟੀ ਦਾ ਬੰਦਾ ਹੈਗਾ? ਉਹ ਜੀ ਅਕਾਲੀ ਦਲ ਦਾ ਜੀ। ਸ਼ਿਕਾਇਤ ਲਿਖਾਈ ਕੋਈ? ਕੋਈ ਕੰਪਲੇਂਟ ਕਰਤੀ ਪੁਲਿਸ? ਨਹੀਂ, ਕੰਪਲੇਂਟ ਨਹੀਂ ਕਰੀ ਜੀ ਹਾਲੇ। ਮੋਗੇ ਦੇਖੋ, ਬੜੀ ਮੰਦਭਾਗੀ ਗੱਲ ਅੱਜ ਹੋਈ ਹੈ। ਅੱਜ ਹਰ ਰੋਜ਼ ਦੀ ਤਰ੍ਹਾਂ ਹਨੀ ਦੁਪੱਟਾ ਸਟੋਰ ਹੈ ਜਿਹੜਾ, ਉਰੇ ਸਾਡੇ ਕਾਂਗਰਸੀ ਆਗੂ ਨੇ ਅਤੇ ਉਹ ਸਾਡਾ ਦਫ਼ਤਰ ਉਹੀ ਉਰੇ ਚਲਾਉਂਦੇ ਨੇ ਅਤੇ ਉਹੀ ਖੋਲ੍ਹਦੇ ਨੇ। ਉਹ ਰੋਜ਼ ਦੀ ਤਰ੍ਹਾਂ ਸਾਡਾ ਦਫ਼ਤਰ ਖੋਲ੍ਹਣ ਜਦ ਆਏ ਤਾਂ ਜਿਹੜੀ ਉਰੇ ਅਕਾਲੀ ਦਲ ਦੀ ਕੈਂਡੀਡੇਟ ਹੈ ਤਰਮਿੰਦਰ ਕੌਰ ਰੋਸ਼ਾ ਅਤੇ ਨਾਲ ਉਹਦਾ ਘਰ ਵਾਲਾ, ਉਹ ਅਚਾਨਕ ਉਰੇ ਪਹੁੰਚੇ ਅਤੇ ਉਹਨਾਂ ਨੂੰ ਧੂਕ ਡੁਸ ਕਰਕੇ ਦਫ਼ਤਰ ਦੇ ਵਿੱਚ ਲੈ ਕੇ ਗਾਲਾਂ ਕੱਢੀਆਂ, ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਅਸਲਾ ਵੀ ਉਹਨਾਂ ਨੂੰ ਦਿਖਾਇਆ ਗਿਆ ਵੀ ਇਹਦੇ ਗੋਲੀ ਮਾਰ ਦਾਂਗੇ, ਵੀ ਜੇ ਤੂੰ ਪਿੱਛੇ ਨਾ ਹਟਿਆ 2-3 ਦਿਨ 'ਚ ਤੇਰੀ ਗੇਮ ਕਰ ਦਾਂਗੇ। ਦੇਖੋ ਕਿੱਡੀ ਮਾੜੀ ਗੱਲ ਹੈ, ਐਂ ਲੱਗ ਰਿਹਾ ਜਿਵੇਂ ਅਸੀਂ ਝਾਰਖੰਡ ਦੇ ਵਿੱਚ ਇਲੈਕਸ਼ਨ ਲੜ ਰਹੇ ਹੁੰਦੇ ਹਾਂ। ਇਹ ਖੰਨਾ ਸ਼ਹਿਰ ਹੈ, ਪੀਸਫੁੱਲ ਸਿਟੀ ਹੈ, ਦੇਖੋ ਕਿਵੇਂ ਗੁੰਡਾਗਰਦੀ ਦਾ ਆਲਮ ਜਿਹੜਾ ਬਿੱਲਾਂ ਵਾਲੀ ਛੱਪੜੀ ਦੇ ਵਿੱਚ ਬਣਿਆ ਹੋਇਆ, ਧਮਕੀਆਂ ਦਿੱਤੀਆਂ ਜਾ ਰਹੀਆਂ ਸ਼ਰੇਆਮ, ਬੜੀ ਮਾੜੀ ਗੱਲ ਹੈ ਇਹ। ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਬਣਦੀ ਕਾਰਵਾਈ ਹੈ, ਕਿਉਂਕਿ ਦੇਖੋ ਇਹਨਾਂ ਦਾ ਪਹਿਲਾਂ ਹੀ ਅਕਸ ਬਹੁਤ ਇੱਦਾਂ ਦਾ ਹੈ ਅਤੇ ਮੈਂ ਪਹਿਲਾਂ ਵੀ SSP ਸਾਹਿਬ ਨੂੰ ਕਹਿ ਚੁੱਕਿਆ, ਰਿਟਰਨ ਦੇ ਚੁੱਕਿਆ ਵੀ ਇਹਨਾਂ ਤੋਂ ਜਿਹੜਾ ਕਿ ਬਚਣ ਦੀ ਲੋੜ ਹੈ, ਇਹ ਮਾੜੇ ਤੱਤਵ ਨੇ, ਮਾੜੇ ਅੰਸਰ ਨੇ, ਇਹਨਾਂ ਕੋਲ ਅਸਲਾ ਵੀ ਜਾਇਜ਼ ਨਜਾਇਜ਼ ਹੋ ਸਕਦਾ, ਕੁਛ ਵੀ ਹੋ ਸਕਦਾ, ਵੀ ਇਹ ਬਹੁਤ ਇਹਨਾਂ ਦੇ ਧਿਆਨ ਰੱਖਣ ਵਾਲੀ ਗੱਲ ਹੈ ਅਤੇ ਜੋ ਬਣਦੀ ਕਾਰਵਾਈ ਹੈ ਇਹਨਾਂ 'ਤੇ ਕਰ ਦੇਣੀ ਚਾਹੀਦੀ ਹੈ। ਜੇ ਨਹੀਂ ਕੀਤੀ ਪ੍ਰਸ਼ਾਸਨ ਸਾਡੀ ਨਹੀਂ ਸੁਣੀ, ਅਸੀਂ ਇਹ GT ਰੋਡ ਜਾਮ ਕਰਾਂ, GT ਰੋਡ 'ਤੇ ਬੈਠਾਂਗੇ, ਬਿਕੋਜ਼ ਇਹ ਇਹੋ ਜਿਹੇ ਗੁੰਡੇ ਅੰਸਰਾਂ 'ਤੇ ਨਕੇਲ ਪਾਉਣੀ ਬਹੁਤ ਜ਼ਰੂਰੀ। ਉਹ ਸਾਜਿਸ਼ ਦੇ ਤਹਿ ਸੀ, ਤਾਂ ਹੀ ਤੁਹਾਡੇ ਸਾਹਮਣੇ ਦੇਖੋ ਅੱਜ ਆ ਰਿਹਾ ਕਿੰਨਾ ਪੀਸਫੁਲ ਇਲੈਕਸ਼ਨ ਚੱਲ ਰਿਹਾ। ਮੈਨੂੰ ਨਹੀਂ ਲੱਗਦਾ ਵੀ ਖੰਨੇ 'ਚ ਕਿਤੇ ਹੋਰ ਕੋਈ ਵੀ ਇਹੋ ਜਿਹੀ ਘਟਨਾ ਵਾਪਰੀ ਹੋਊਗੀ। ਇਹ ਪਹਿਲੀ ਘਟਨਾ ਜਿਹੜੀ ਖੰਨੇ ਦੇ ਵਿੱਚ ਅਕਾਲੀ ਦਲ ਦੀ ਕੈਂਡੀਡੇਟ ਅਤੇ ਉਹਦੇ ਹਸਬੈਂਡ ਦੇ ਤੋਂ ਵਾਪਰੀ ਹੈ। ਆਪ ਸਮਝ ਸਕਦੇ ਹੋ ਤੁਸੀਂ ਕਿ ਉਹ ਜਿਹੜੀ ਗੱਲ ਇਹਨਾਂ ਦੀ ਬਿਲਕੁਲ ਪਲੈਨਡ ਸੀ ਵੀ ਅਸੀਂ ਪਹਿਲਾਂ ਕਰਾਂਗੇ, ਅਤੇ ਉਹਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੇ ਘਰ ਦੇ ਬਾਹਰ ਵੀ ਪੁਲਿਸ ਫੋਰਸ ਲਾਤੀ ਸੀ ਤਾਂ ਕਿ ਇਹਨਾਂ ਨੂੰ ਜਿਹੜੀ ਜਾਨ ਦਾ ਕੋਈ ਖਤਰਾ ਵੀ ਪੁਲਿਸ ਇਹਨਾਂ ਦੀ ਪ੍ਰੋਟੈਕਸ਼ਨ ਕਰੂਗੀ, ਲੇਕਿਨ ਨਾ ਕੋਈ ਇਹੋ ਜਿਹੀ ਗੱਲ ਸੀਗੀ ਅਤੇ ਨਾ ਹੈਗੀ। ਲੇਕਿਨ ਪ੍ਰੋਟੈਕਸ਼ਨ ਦੀ ਲੋੜ ਜਿਹੜੀ ਹੈ ਉਹ ਸਾਡੇ ਬੰਦਿਆਂ ਨੂੰ ਹੈ, ਕਿਉਂਕਿ ਇਹ ਗੁੰਡਾ ਅੰਸਰ ਨੇ, ਇਹਨਾਂ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਅਤੇ ਇਹ ਪ੍ਰਸ਼ਾਸਨ ਨੂੰ ਜੇ ਇਹਨਾਂ ਦੀ ਨਕੇਲ ਨਾ ਪਾਈ ਤਾਂ ਕੋਈ ਵੀ ਹਾਦਸਾ ਜਿਹੜਾ ਵਾਰਡ ਨੰਬਰ 10  'ਚ ਵਾਪਰ ਸਕਦਾ। ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰਦਾ ਕਿ ਪੀਸਫੁਲ ਇਲੈਕਸ਼ਨ ਕਰਾਇਆ ਜਾਵੇ, ਲੋਕਾਂ ਨੇ ਫਤਵਾ ਦੇਣਾ, ਲੋਕ ਜਿਹਨੂੰ ਮਰਜ਼ੀ ਚੁਣਨ, ਇਹ ਲੋਕਾਂ ਦਾ ਰਾਈਟ ਹੈ, ਨਾ ਕਿ ਡਰਾ ਧਮਕਾ ਕੇ, ਗੋਲੀਆਂ ਦਿਖਾ ਕੇ, ਰਿਵਾਲਵਰ ਦਿਖਾ ਕੇ ਕਿਸੇ ਤੋਂ ਵੋਟ ਪਵਾਈ ਜਾਵੇ। ਇੱਕ ਤੁਸੀਂ ਕੰਪਲੇਂਟ ਪੁਲਿਸ ਨੂੰ ਕਰੀ ਹੈ ਜੀ ਮੌਕੇ 'ਤੇ ਆਇਆ ਦਾ ਕੀ ਹੈ? ਅਸੀਂ ਜਾ ਰਹੇ ਹਾਂ ਜੀ, ਹੁਣੇ ਪੁਲਿਸ ਕੋਲ ਜਾ ਰਹੇ ਹਾਂ, SHO ਸਾਹਿਬ ਮੌਕਾ ਦੇ ਗਏ, CCTV ਫੁਟੇਜ ਦੇ ਵਿੱਚ ਜਿਹੜੀ ਕੈਂਡੀਡੇਟ ਹੈ ਤਲਵਿੰਦਰ ਕੌਰ ਰੋਸ਼ਾ ਅਤੇ ਉਹਦਾ ਘਰ ਵਾਲਾ ਇਹਦੇ ਸਾਡੇ ਦਫ਼ਤਰ ਵੱਲ ਵੱਧ ਰਹੇ ਨੇ, ਉਹ ਪੁਲਿਸ ਨੇ ਬਿਲਕੁਲ CCTV ਫੁਟੇਜ ਦੇਖ ਲਿਆ। ਜੋ ਪੁਲਿਸ ਬਣਦੀ ਕਾਰਵਾਈ ਜਿਹੜੀ ਹੈਗੀ, ਅਸੀਂ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਤੋਂ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ। ਠੀਕ ਹੈ। ਮੇਰਾ ਹਨੀ ਰੋਸ਼ਾ ਜੀ। ਅਤੇ ਇੱਕ ਐਲੀਗੇਸ਼ਨ ਲਗਾਏ ਗਏ ਨੇ ਵਿੱਕੀ ਮਹਿਤਾ ਵੱਲੋਂ ਵੀ ਉਹਨਾਂ ਦੇ ਦਫ਼ਤਰ ਦੀ ਭੰਨ ਤੋੜ ਕੀਤੀ ਹੈ, ਤੁਸੀਂ ਵੀ ਉੱਥੇ ਧਮਕੀਆਂ ਵੀ ਦਿੱਤੀਆਂ ਪਿਸਟੋਲ ਕੱਢ ਕੇ? ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ, ਸਾਡੇ ਵਾਰਡ ਦੀ ਸਾਰੀ ਪਿਛਣ ਤੁਸੀਂ ਜਾਣੋ ਹੀ ਹੋ ਕਿ ਮੇਰੇ ਨਾਲ ਕੀ ਕੁਛ ਹੋ ਰਿਹਾ, ਕਿੰਨਾ ਮੇਰੇ ਨਾਲ ਧੱਕਾ ਹੋ ਰਿਹਾ। ਤੁਹਾਨੂੰ ਲੱਗਦਾ ਕਿ ਮੈਂ ਉਹਦੇ ਵਾਰਡ ਭੰਨ ਦੇਖ ਵੀ ਸਕਦਾ? ਭੰਨ ਤੋੜ ਕਰਨੀ ਤਾਂ ਬੜੀ ਦੂਰ ਦੀ ਗੱਲ ਆ, ਜਿਹੜੇ ਮੇਰੇ 'ਤੇ ਹਾਲਾਤ ਬਣੇ ਪਏ ਨੇ, ਮੈਂ ਤਾਂ ਉਹਦੇ ਵਾਲਕ ਨਹੀਂ ਦੇਖ ਨਹੀਂ ਸਕਦਾ ਜੀ ਕਿ ਮੈਂ ਭੰਨ ਤੋੜ ਤਾਂ ਬਹੁਤ ਦੂਰ ਦੀ ਗੱਲ, ਮੈਂ ਤਾਂ ਕਰ ਦੂੰਗਾ। ਨਹੀਂ, ਐਲੀਗੇਸ਼ਨ ਲੱਗੇ ਨੇ ਵੀ ਤੁਹਾਡੀ ਵਾਈਫ ਅਤੇ ਭਰਜਾਈ ਨੇ ਨਾਲ ਲਿਜਾ ਕੇ ਕਿਹਾ ਵੀ ਅਸੀਂ ਗੋਲੀਆਂ ਵੀ ਮਾਰਾਂਗੇ ਜੇ ਨਾ ਟਿਕਿਆ ਬੰਦੇ ਨੂੰ। ਵੀਰ ਜੀ, ਬੇਨਤੀ ਇਹ ਆ ਕਿ ਇੰਨਾ ਤਾਂ ਮੈਂ ਨਿਆਣਾ ਨਹੀਂ ਕਿ ਮੈਂ ਆਪਣੀ ਲੇਡੀਜ਼ ਨੂੰ ਨਾਲ ਲੈ ਕੇ ਜਾਊਂਗਾ ਜੀ। ਸੈਕਿੰਡ ਗੱਲ, ਉਸ ਗਲੀ ਦੇ ਵਿੱਚ ਸਾਡੇ ਆਂਟੀ ਨੇ ਬੜੇ ਸਤਿਕਾਰਯੋਗ, ਰਾਮਾ ਅੰਕਲ ਦੇ ਮਿਸਿਜ਼,
तो मेरे काम भी इन्हें सर तुम पता ही है भली पा जानते उन्हें बंद कराए हुए लाइट आने के भी सीवरेज के भी सफाई कर्मचारी भी अपने को लैके महीने डेढ़ महीने तो मैं अपने पर्सनल सारे काम वाले रखे हुए हैं जी लाइट वाले भी आप परसनल रखे हुए हैं मैं सफाई वाले भी आप रखे हुए हैं तनखा तो जब नहीं जी क्या पता भी कर लिया तुम जाने भी जाने जी सीसीटीवी कैमरे कढ़ा लो तुम लगता जो हालात की मैं कोई लड़ाई लड़ी है जब मैं उन्होंने कुछ बोलिया तो मैं अपनी बनती कार्रवाई कराने को तैयार हाँ जी थोड़े को असला है इस टाइम रखे नहीं महाराज एक हो सकता जी कोटा कंडक्ट लगे हुआ तो मेरे को लसेंसी असला नहीं जी कोई भी असला नहीं मैं तो हैरान उन्हें किड्डे वे एलीगेशन लाई है जी एलीगेशन लगाने की वजह की मानते हो ये बखला गया जी विक्की मेहता जी जो उन्हें काम करे होंगे सुधार करे होंगे खन्ने का ना लुटमार करी होंगी ना लोगों का खून चूसया होंगे तो दिन देखना थोड़ा पैने से जिते भी वो जा रहा उन्हें फटकारा मिल रही ने तुम्हें पता ही है जी किमें की हालात करे पेने खन्ने ने कला पंजाब का नहीं हिंदुस्तान का नहीं वर्ल्ड का खन्ने का एक नंबर गंदा गंदा शहर का खन्ना जी कि बदौलत है जी आप भरी पा जाने बेकी मैं कहती ठीक है जी एक कल हूँ कई कई बंद पैसों का लालच दे रहे जी जब यह प्रधान बनया से की ये हालात से हमने 10,000 रुपये वोट का दे रहा जी वो कितों आया जी पैसा अच्छी तो पूछ सकते अभी तो सरकार नहीं है सरकार चा जी अभी तो जो सिक भी मारा साढ़े तो परचा होना जी सब तो डिप्टी साहब ने भी कहा जी ठीक है ना जी गल हाँ जी हाँ जी सो मेरी बेनती है जी जो सच्ची सच्ची है सच्चाई मूहे लियाओ जी ये तो हम बहुत कुछ कहे जी ठीक है अज मॉर्निंग से कंप्लेंट आई सी कि जो कांग्रेस का वार्ड नंबर 10 तो कैंडीडेट है विकास मेहता वो दफ्तर में जाके अकाली कैंडीडेट वालों धक्का मुक्की की गई है तो गाली गलोच की गई है तो धमकियां दी गई हैं उस वेरीफाई कर रहे हैं अभी वेरीफाई करके जो भी एक्शन होगा लिता जाएगा दोनों बुलाया है उस तो बाद अगे देखते हैं वेरीफाई करते हैं Subscribe to our YouTube channel News DNN by clicking the bell icon. Don't forget to like, comment and share.